ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਫਾਇਰਮੈਨ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ ਡਿਸਕਸ਼ਨ ਬਹੁਤ ਸਾਰੇ ਸਟੂਡੈਂਟਸ ਨੇ ਕਮੈਂਟ ਕਰ ਰਹੇ ਸੀ ਕਿ ਸਾਨੂੰ ਫਾਇਰਮੈਨ ਦੀ ਤਿਆਰੀ ਕਰਵਾਈ ਜਾਵੇ ਫਾਇਰਮੈਨ ਦਾ ਪੇਪਰ ਨੇੜੇ ਆ ਰਿਹਾ ਹੈ ਜਾਂ ਬਹੁਤ ਸਾਰੇ ਸਟੂਡੈਂਟਸ ਦਾ ਹੀ ਡਾਊਟ ਸੀ ਕਿ ਫਾਇਰਮੈਨ ਦਾ ਪੇਪਰ ਹੋਵੇਗਾ ਜਾਂ ਨਹੀਂ ਹੋਵੇਗਾ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਕਿ ਫਾਇਰਮੈਨ ਦਾ ਪੇਪਰ ਹੋਵੇਗਾ ਤੇ ਬਹੁਤ ਹੀ ਹਾਈ ਲੈਵਲ ਦਾ ਹੋਵੇਗਾ ਲਾਈਕ ਸਬ ਇਨਸਪੈਕਟਰ ਦੀ ਤਰ੍ਹਾਂ ਠੀਕ ਹੈ ਕਿਉਂਕਿ ਇਸ ਦੇ ਵਿੱਚ ਤੁਸੀਂ ਜਿਹੜੇ ਵੀ ਸਟੂਡੈਂਟਸ ਨੇ ਫਾਇਰਮੈਨ ਦਾ ਵੀ ਐਗਜ਼ਾਮ ਭਰਿਆ ਤੇ ਸਬ ਇਨਸਪੈਕਟਰ ਦਾ ਵੀ ਭਰਿਆ 1 ਮਿੰਟ ਲਈ ਆਪਣਾ ਸਿਲੇਬਸ ਉਠਾਓ ਤੇ ਦੇਖੋ ਸਾਰਾ ਹੀ ਸਿਲੇਬਸ ਤੁਹਾਡਾ ਸਬ ਇਨਸਪੈਕਟਰ ਵਾਲਾ ਸਾਰੇ ਦਾ ਸਾਰਾ ਸਬ ਇਨਸਪੈਕਟਰ ਤੇ ਪਟਵਾਰੀ ਵਾਲਾ ਜਾਨਕੀ ਗ੍ਰੈਜੂਏਸ਼ਨ ਲੈਵਲ ਦਾ ਜੋ ਸਿਲੇਬਸ ਆ ਤੁਹਾਨੂੰ ਫੋਰੈਸਟ ਗਾਰਡ ਦਾ ਫੋਰੈਸਟ ਗਾਰਡ ਪੰਜਾਬ ਪਟਵਾਰੀ ਸਬ ਇਨਸਪੈਕਟਰ ਸਾਰਾ ਹੀ ਸਿਲੇਬਸ ਤੁਹਾਡਾ ਸੇਮ ਆ ਬਿਲਕੁਲ ਤੇ ਹੁਣ ਤੁਸੀਂ ਆਪ ਹੈਰਾਨ ਹੋਵੋਗੇ ਜਦੋਂ ਵੀ ਜਿਹੜੇ ਸਟੂਡੈਂਟਸ ਨੇ ਫੋਰੈਸਟ ਗਾਰਡ ਦੀ ਤਿਆਰੀ ਕਰਨੀ ਸ਼ੁਰੂ ਕੀਤੀ ਸੀ ਤਾਂ ਮੈਂ ਹਮੇਸ਼ਾ ਉਸ ਵਕਤ ਵੀ ਤੁਹਾਨੂੰ ਕਹਿੰਦੀ ਸੀ ਕਿ ਜੇਕਰ ਤੁਸੀਂ ਮੇਰੇ ਚੈਨਲ ਤੋਂ ਇੱਕ ਵਾਰ ਤਿਆਰੀ ਕਰ ਲੈਨੇ ਹੋ ਤਾਂ ਤੁਸੀਂ ਕਦੇ ਵੀ ਨਹੀਂ ਭੁੱਲੋਗੇ ਹਮੇਸ਼ਾ ਤੁਹਾਨੂੰ ਯਾਦ ਰਹੂਗਾ ਕਿ ਹਾਂ ਸੀ ਇੱਕ ਵਾਰ ਤਿਆਰੀ ਇਤੀ ਜਿਸ ਦੇ ਫਾਇਦੇ ਸਾਨੂੰ ਅੱਜ ਵੀ ਹੋ ਰਹੇ ਨੇ ਤੇ ਉਹ ਗੱਲ ਇੱਥੇ ਲਾਗੂ ਹੁੰਦੀ ਆ ਕਿ ਇੱਥੇ ਖਤਮ ਹੋ ਜਾਂਦੀ ਹੈ ਇੱਕ ਤਰ੍ਹਾਂ ਨਾਲ ਕਿ ਹਾਂ ਵਾਕਈ ਇਹ ਹੈ ਠੀਕ ਹੈ ਤਾਂ ਮਤਲਬ ਤੁਹਾਨੂੰ ਯਕੀਨ ਹੋ ਗਿਆ ਹੁਣ ਇੱਕ ਤਰ੍ਹਾਂ ਨਾਲ ਤਾਂ ਸਭ ਤੋਂ ਪਹਿਲਾਂ ਦੇਖੋ ਫਾਇਰਮੈਨ ਦੇ ਬਾਰੇ ਆਪਾਂ ਚਲੋ ਜ਼ਿਆਦਾ ਟਾਈਮ ਨਹੀਂ ਖਰਾਬ ਕਰਨਾ ਹੁਣ ਠੀਕ ਹੈ ਆਪਾਂ ਸ਼ੁਰੂ ਕਰਦੇ ਆਂ ਆਪਣੀ ਜੋ ਵੀਡੀਓ ਅੱਜ ਦੀ ਕਲਾਸ ਆ ਫਾਇਰਮੈਨ ਦੇ ਫਾਇਰਮੈਨ ਦੇ ਸਿਲੇਬਸ ਦੇ ਵਿੱਚ ਤੁਹਾਨੂੰ ਮਲਟੀਪਲ ਚੁਆਇਸ ਕੁਐਸਚਨ ਆਉਣੀਆਂ ਹਨ ਜਾਨਕਿ ਕਿ ਆਪਸ਼ਨਾਂ ਵਾਲੇ ਪ੍ਰਸ਼ਨ ਲਿਖ ਦਿੱਤਾ ਜਾਊਗਾ ਇੱਥੇ ਆਪਸ਼ਨ ਲਿਖ ਦਿੱਤੀਆਂ ਜਾਣਗੀਆਂ ਜਿਹਨੂੰ ਅਸੀਂ ਬੋਲਦੇ ਹਾਂ ਮਲਟੀਪਲ ਚੁਆਇਸ ਕੁਐਸਚਨਸ ਠੀਕ ਹੈ ਜਿਹੜਾ ਕਿ ਤੁਸੀਂ OMR ਸੀਟ ਤੇ ਦੇਣਾ ਜਾਨਕਿ ਕਿ ਤੁਹਾਡਾ ਪੇਪਰ ਆਫਲਾਈਨ ਹੋਵੇਗਾ ਠੀਕ ਹੈ ਜੀ ਤੇ ਜਿਹੜਾ ਐਗਜ਼ਾਮ ਆ ਇਹ 2 ਘੰਟੇ 30 ਮਿੰਟ ਦਾ ਹੋਵੇਗਾ ਤੇ ਇਸ ਦੇ ਵਿੱਚ ਦੋ ਪੇਪਰ ਲੈ ਜਾਣਗੇ ਇੱਕ ਪੇਪਰ A ਤੇ ਇੱਕ ਪੇਪਰ B ਪੇਪਰ A ਆ ਜੋ ਉਹ ਤੁਹਾਡਾ ਹੋਵੇਗਾ ਪੰਜਾਬੀ eligibility test ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਨੇ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਲਈ ਪੰਜਾਬੀ एलिਜੀਬਿਲਿਟੀ ਟੈਸਟ ਜ਼ਰੂਰੀ ਕਰ ਦਿੱਤੇ ਆ ਜਿਸ ਦੇ ਵਿੱਚੋਂ ਜੇਕਰ ਤੁਸੀਂ 50% ਮਾਰਕਸ ਲੈਣੇ ਹੋ ਤਾਂ ਫੇਰ ਹੀ ਤੁਸੀਂ ਪੇਪਰ ਬੀ ਦੇ ਲਈ ਕੁਆਲੀਫਾਈ ਮੰਨੇ ਜਾਉਗੇ ਠੀਕ ਹੈ ਤਾਂ ਉਹਨਾਂ ਨੇ ਇੱਥੇ ਸਾਫ਼-ਸਾਫ਼ ਲਿਖ ਦਿੱਤਾ ਕਿ ਤੁਹਾਡਾ ਪੰਜਾਬੀ ਬੀ ਪੰਜਾਬੀ ਪੇਪਰ ਏ ਹੋਣਾ ਹੈ ਜਿਹੜਾ ਕਿ ਪੰਜਾਬੀ ਐਲੀਜੀਬਿਲਿਟੀ ਟੈਸਟ ਹੋਵੇਗਾ ਤੇ ਇਸ ਦੇ ਵਿੱਚ 10ਥ ਪੱਧਰ ਦੀ ਤੁਹਾਨੂੰ ਜਿਹੜੀ ਪੰਜਾਬੀ ਆ ਉਹ ਪੁੱਛੀ ਜਾਵੇਗੀ 50 ਨੰਬਰ ਦਾ ਤੁਹਾਡਾ ਪੇਪਰ ਹੋਣਾ 50 ਹੀ ਐਮਸੀਕਿਊ ਹੋਣਗੇ 1 ਨੰਬਰ ਦਾ ਇੱਕ ਪ੍ਰਸ਼ਨ ਹੋਵੇਗਾ ਠੀਕ ਹੈ ਜੀ ਤੇ ਇਸ ਦੇ ਵਿੱਚੋਂ ਜੇਕਰ ਤੁਸੀਂ 25 ਨੰਬਰ ਲੈਨੇ ਤਾਂ ਤੁਸੀਂ ਪੇਪਰ ਬੀ ਦੇ ਲਈ ਕੁਆਲੀਫਾਈ ਮੰਨੇ ਜਾਉਗੇ ਤੇ ਇਸ ਪੇਪਰ ਦੇ ਵਿੱਚ ਕੋਈ ਵੀ 네ਗੇਟਿਵ ਮਾਰਕਿੰਗ ਨਹੀਂ ਦੀ ਠੀਕੇ ਪੇਪਰ A ਚ ਅਗਲਾ ਤੁਹਾਡਾ ਹੋਣਾ ਹੈ ਪੇਪਰ B ਪੇਪਰ B ਦੇ ਵਿੱਚ ਟੋਟਲ 100 ਪ੍ਰਸ਼ਨ ਹੋਣਗੇ ਜਿਹੜੇ ਕਿ 100 ਹੀ ਨੰਬਰ ਦੇ ਹੋਣਗੇ ਠੀਕੇ ਮਲਟੀਪਲ ਚੁਆਇਸ ਕੁਐਸ਼ਨ ਹੋਣਗੇ ਤੇ ਇਸ ਦੇ ਵਿੱਚ ਤੁਹਾਨੂੰ ਆਉਣੇ ਆ ਜੀ ਜਨਰਲ ਨੌਲੇਜ ਜੀ ਕੇ ਕਰੰਟ ਅਫੇਅਰ ਇੰਗਲਿਸ਼ ਲੌਜੀਕਲ ਰੀਜ਼ਨਿੰਗ ਮੈਂਟਲ ਅਬਿਲਿਟੀ ਪੰਜਾਬੀ ਪੰਜਾਬ ਹਿਸਟਰੀ ਐਂਡ ਕਲਚਰ ਤੇ ਆਈ ਸੀ ਟੇ ਠੀਕ ਹੈ ਜੀ ਤੇ ਇਸ ਦੇ ਵਿੱਚ ਜਿਹੜਾ ਤੁਹਾਡਾ ਪੇਪਰ B ਆ ਇਸ ਦੇ ਵਿੱਚ 네ਗੇਟਿਵ ਮਾਰਕਿੰਗ ਵੀ ਹੋਵੇਗੀ ਠੀਕ ਹੈ ਜੀ ਹਰੇਕ ਹਰੇਕ ਜੇਕਰ ਤੁਸੀਂ ਇੱਕ ਪ੍ਰਸ਼ਨ ਗਲਤ ਕਰਦੇ ਹੋ ਤਾਂ ਸਹੀ ਦੇ ਮੰਗਰ ਜੇਕਰ ਤੁਸੀਂ ਇੱਕ ਗਲਤ ਕੀਤਾ ਵਾ ਤਾਂ ਜਿਹੜਾ ਤੁਹਾਡਾ ਸਹੀ ਹੋਇਆ ਇੱਕ ਉਹ ਦੇ ਮੰਨ ਲਓ ਤੁਹਾਡਾ ਇੱਕ ਸਹੀ ਆ ਤੇ ਇਹ ਇੱਕ ਗਲਤ ਆ ਇਹ ਸਹੀ ਆ ਤੇ ਇਹ ਗਲਤ ਆ ਜਿਹੜਾ ਗਲਤ ਹੋਇਆ ਇਹਦੇ 0.5 25 ਨੰਬਰ 0.25 ਨੰਬਰ ਜਾਨੀ ਕਿ ਚੌਥਾ ਹਿੱਸਾ ਇਸ ਇੱਕ ਚੋਂ ਕੱਟ ਹੋ ਜਾਣਾ ਤੇ ਤੁਹਾਡੇ 0.75 ਮਾਰਕਸ ਹੀ ਰਹਿ ਜਾਣੇ ਆ ਠੀਕ ਹੈ ਤਾਂ ਨੈਗੇਟਿਵ ਮਾਰਕਿੰਗ ਇਹਦੇ ਵਿੱਚ ਹੈਗੀ ਆ ਪਰ ਪੇਪਰ ਵੀ ਫੇਰ ਹੀ ਕੁਆਲੀਫਾਈ ਮੰਨਿਆ ਜਾਵੇਗਾ ਜੇਕਰ ਤੁਸੀਂ ਪੇਪਰ A ਦੇ ਵਿੱਚੋਂ 50% ਨੰਬਰ ਲੈਣੇ ਹੋ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਜਿਹੜਾ ਤੁਹਾਡਾ ਰਿਟਨ ਐਗਜ਼ਾਮ ਠੀਕ ਹੈ ਇਹ ਹੋਣਾ ਹੈ ਰਿਟਨ ਐਗਜ਼ਾਮ ਬਾਰੇ ਜੋ ਪੇਪਰ A ਦਾ ਸਿਲੇਬਸ ਆ ਉਹ ਤੁਸੀਂ ਦੇਖ ਸਕਦੇ ਹੋ ਸੇਮ ਹੀ ਸਿਲੇਬਸ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਤਿਆਰੀ ਕਰਾ ਰਹੀ ਆ ਤਾਂ ਮੈਂ ਤੁਹਾਨੂੰ ਇੱਕ ਤਰ੍ਹਾਂ ਨਾਲ ਹੀ ਰਿਕੁਐਸਟ ਹੀ ਕਰਦੀ ਆ ਕਿ ਪੰਜਾਬੀ ਦੇ ਵਿੱਚੋਂ ਅਸੀਂ ਟੱਟ ਨੰਬਰ ਲੈ ਕੇ ਆਪਣਾ ਜਿਹੜਾ ਸਾਡੀ ਮਾਤ ਭਾਸ਼ਾ ਆਪਣੀ ਸਟੇਟ ਲੈਂਗੁਏਜ ਨੂੰ ਨੀਮਾਨ ਨਹੀਂ ਕਰਨਾ ਜੇਕਰ 50 ਨੰਬਰ ਦਾ ਪੇਪਰ ਆ ਤਾਂ ਅਸੀਂ 50 ਦੇ 50 ਹੀ ਲੈਣੇ ਆ ਸਾਡਾ ਟਾਰਗੇਟ ਕੋਈ 25 ਨੰਬਰ ਲੈਣ ਦਾ ਨਹੀਂਗਾ ਤਾਂ ਇਸ ਦੇ ਲਈ ਮੇਰੀਆਂ ਸਾਰੀਆਂ ਹੀ ਕਲਾਸਾਂ ਆਲਰੇਡੀ ਮੈਂ ਲਗਾ ਚੁੱਕੀ ਆ ਲੋ ਲੈਵਲ ਤੋਂ ਹਾਈ ਲੈਵਲ ਤੱਕ ਦੀਆਂ ਲਗਾ ਚੁੱਕੀ ਆ ਕਿਉਂਕਿ ਤੁਹਾਨੂੰ ਪਤਾ ਹੈ ਜੋ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਪ੍ਰਸ਼ਨ ਪੁੱਛੇ ਜਾ ਰਹੇ ਨੇ ਬਹੁਤ ਜ਼ਿਆਦਾ ਡੁੰਗਾਈ ਦੇ ਵਿੱਚੋਂ ਲੈ ਜਾ ਰਹੇ ਨੇ ਤੇ ਮੈਂ ਤੁਹਾਨੂੰ ਬਹੁਤ ਡਿਟੇਲ ਦੇ ਵਿੱਚ ਤੁਹਾਡੀਆਂ ਸਾਰੀਆਂ ਕਲਾਸਾਂ ਨਾਲ ਗਾ ਚੁੱਕੀਆਂ ਤੁਸੀਂ ਉਹਨਾਂ ਨੂੰ ਜ਼ਰੂਰ ਕਵਰ ਕਰਨਾ ਤੇ ਆਪਣੀਆਂ ਚੱਲ ਵੀ ਰਹੀਆਂ ਨੇ ਨਾਲ ਦੀ ਨਾਲ ਕਲਾਸਾਂ ਠੀਕ ਹੈ ਜਿਸ ਦੇ ਵਿੱਚ ਮੈਂ ਤੁਹਾਨੂੰ ਸਿਲੇਬਸ ਕਰਵਾ ਚੁੱਕੀਆਂ ਜੀਵਨੀ ਅਤੇ ਰਚਨਾਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਇਹ ਮੈਂ ਤੁਹਾਨੂੰ ਸਾਰੇ ਦੇ ਸਾਰੇ ਟੌਪਿਕ ਬੜੀ ਹੀ ਡਿਟੇਲ ਦੇ ਵਿੱਚ ਕਰਵਾਏ ਨੇ ਤੇ ਤੁਸੀਂ ਉਹਨਾਂ ਨੂੰ ਜ਼ਰੂਰ ਅਟੈਂਪਟ ਕਰਨਾ ਤੇ ਇੱਕ ਵਾਰ ਮੈਂ ਫਿਰ ਤੋਂ ਤੁਹਾਡੇ ਲਈ ਕਰਵਾ ਦਵਾਂਗੀ ਫਿਰ ਆ ਜਾਂਦੇ ਆ ਜੀ ਵਿਰੋਧੀ ਵਿਰੋਧੀ ਸ਼ਬਦ ਤੇ ਸਮਾਨਾਰਥਕ ਸ਼ਬਦ ਮੁਹਾਵਰੇ ਅਖਾਣ ਸ਼ਬਦ ਦੇ ਭੇਦ ਅਗੇਤਰ ਪਿਸ਼ੇਤਰ ਵਚਨ ਬਦਲੋ ਤੇ ਲਿੰਗ ਬਦਲੋ ਠੀਕ ਹੈ ਵਿਸ਼ਰਾਮ ਚਿੰਨ ਵਾਕਾਂ ਨੂੰ ਸ਼ੁੱਧ ਕਰਕੇ ਲਿਖਣਾ ਅੰਕਾ ਮਹੀਨੇ ਦਿਨਾਂ ਦਾ ਸ਼ੁੱਧੀ ਪੰਜਾਬੀ ਰੂਪ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਪ੍ਰਸ਼ਨ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਪ੍ਰਸ਼ਨ ਪੰਜਾਬ ਦੇ ਸੱਭਿਆਚਾਰ ਨਾਲ ਸੰਬੰਧਿਤ ਪ੍ਰਸ਼ਨ ਇਹ ਜਿਹੜੇ ਸਾਰੇ ਹੀ ਟੌਪਿਕ ਐ ਇਸ ਦੇ ਵਿੱਚੋਂ ਬਸ ਸਾਡੇ ਤਿੰਨ ਟੌਪਿਕ ਆ ਜਿਹੜੇ ਉਹ ਕਵਰ ਕਰਨ ਵਾਲੀ ਰਹਿ ਗਈ ਆ ਬਾਕੀ ਸਾਡਾ ਆਲਮੋਸਟ ਸਿਲੇਬਸ ਕਵਰ ਹੋ ਜਾਣਾ ਏ ਤੇ ਤੁਸੀਂ ਉਹ ਕਲਾਸਾਂ ਜਿਹੜੀਆਂ ਆਲਰੇਡੀ ਬਣੀਆਂ ਪਈਆਂ ਨੇ ਉਹ ਸਭ ਦੇ ਲਈ ਆ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਲਈ ਆ ਲੋ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ ਆ ਤਾਂ ਜੋ ਕੋਈ ਵੀ ਤੁਹਾਨੂੰ ਐਮਸੀਕਿਊ ਆ ਜਾਏ ਤੁਸੀਂ ਆਸਾਨੀ ਦੇ ਨਾਲ ਅਟੈਂਪਟ ਕਰ ਸਕੋ ਤਾਂ ਤੁਸੀਂ ਜ਼ਰੂਰ ਉਹਨਾਂ ਨੂੰ ਵੀ ਅਟੈਂਪਟ ਕਰੋ ਸਾਰਾ ਹੀ ਸਿਲੇਬਸ ਦਿਖਾ ਕੇ ਮੇਂ ਵੀਡੀਓਜ਼ ਜਿਹੜੀਆਂ ਇਹ ਕਲਾਸਾਂ ਅਟੈਂਪਟ ਕੀਤੀਆਂ ਸੀ ਅੱਗੇ ਪੇਪਰ ਬੀ ਦੀ ਤਿਆਰੀ ਲਈ ਰਹੀ ਹੈ ਆਪਾਂ ਦੇਖਦੇ ਹਾਂ ਸਿਲੇਬਸ ਕੀ ਆ ਸਿਲੇਬਸ ਸੇਮ ਤੁਹਾਡਾ ਫੋਰੈਸਟ ਗਾਰਡ ਵੀਡੀਓ ਪਟਵਾਰੀ ਸਬ ਇੰਸਪੈਕਟਰ ਸੇਮ ਸਿਲੇਬਸ ਆ ਸੇਮ ਬਿਲਕੁਲ ਡਿੱਟੋ ਆ ਆਪਨਾ ਚੈੱਕ ਕਰ ਸਕਦੇ ਹੋ ਟੈਲੀਗ੍ਰam ਤੇ ਵੀ ਮੇਰਾ ਸਾਰੇ ਜੀ ਸਿਲੇਬਸ ਸੈਂਡ ਕੀਤੇ ਹੋਏ ਆ ਟੈਲੀਗ੍ਰam ਦੇ ਨਾਲ ਮੈਚ ਕਰ ਸਕਦੇ ਹੋ ਉਥੋਂ ਕੱਢ ਕੇ ਠੀਕ ਹੈ ਪਹਿਲਾ ਟਾਪਿਕ ਹੈ ਤੁਹਾਡਾ ਜਨਰਲ ਨੋਲੇਜ ਐਂਡ ਕਰੰਟ ਅਫੇਅਰ ਦਾ ਕਰੰਟ ਅਫੇਅਰ ਮੈਂ ਤੁਹਾਨੂੰ ਹਮੇਸ਼ਾ ਹੀ ਦੱਸਿਆ ਕਿ ਕਰੰਟ ਅਫੇਅਰ ਹਮੇਸ਼ਾ ਹੀ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ ਦੀ ਪੁੱਛੀ ਜਾਂਦੀ ਆ ਤੇ ਜੋ ਮੈਂ ਕਰੰਟ ਅਫੇਅਰ ਕਰਾ ਰਹੀ ਆ ਇਹ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ ਦੀ ਹੀ ਆ ਜਿਸ ਦੇ ਵਿੱਚੋਂ 4 ਤੋਂ 500 ਐਮਸੀ 4 ਤੋਂ 5 ਐਮਸੀਕਿਊ ਪੱਕਾ ਹੀ ਪੁੱਛੇ ਜਾਣੇ ਆ ਸੋ ਇਸ ਨੂੰ ਤਾਂ ਭੁੱਲ ਕੇ ਵੀ ਨਾ ਛੱਡਿਓ ਠੀਕ ਹੈ ਉਸ ਤੋਂ ਬਾਅਦ ਤੁਹਾਡਾ ਟਾਪਿਕ ਆ ਪੋਲੀਟੀਕਲ ਇਸ਼ੂਜ਼ এনवायरमेंट ਟਿਸ਼ੂਜ਼ ਪੋਲੀਟੀਕਲ ਇਸ਼ੂਜ਼ ਯਾਨੀ ਕਿ ਤੁਹਾਡੇ ਕੋਲ ਜਿਹੜੀ ਰਾਜਨੀਤੀ ਆ ਉਹਦੇ ਵਿੱਚੋਂ ਆ ਸਕਦੇ ਆ ਠੀਕ ਹੈ ਰਾਜਨੀਤਿਕ ਮੁੱਦੇ ਆ এনवायरमेंट ਇਸ਼ੂਜ਼ ਯਾਨੀ ਕਿ ਵਾਤਾਵਰਨ ਦੇ ਮੁੱਦਿਆਂ ਨਾਲ ਰਿਲੇਟਡ ਕਰੰਟ ਅਫੇਅਰ ਬਾਰੇ ਮੈਂ ਤੁਹਾਨੂੰ ਦੱਸ ਚੁੱਕੀ ਆ ਸਾਇੰਸ ਐਂਡ ਟੈਕਨੋਲੋਜੀ ਯਾਨੀ ਕਿ ਵਿਗਿਆਨ ਅਤੇ ਤਕਨਾਲੋਜੀ ਠੀਕ ਹੈ ਇਕਨੋਮਿਕਸ ਇਸ਼ੂ ਹਿਸਟਰੀ ਆਫ 14th ਸੈਂਚਰੀ ਔਨਵਰਡ history of india and special reference to indian freedom struggle movement ਜਾਨੀ ਕਿ ਅੰਦੋਲਨ ਜੋ ਆ ਜਾਂਦੇ ਆ ਠੀਕ ਹੈ ਫਿਰ ਸਪੋਰਟਸ ਖੇਡਾਂ ਆ ਗਈਆਂ ਸਿਨੇਮਾ ਐਂਡ ਲਿਟਰੇਚਰ ਆ ਗਿਆ ਠੀਕ ਹੈ ਜੀ ਇਹਦੇ ਵਿੱਚੋਂ ਤੁਹਾਨੂੰ 25 ਨੰਬਰ ਦਾ ਪੇਪਰ ਆਉਣਾ ਹੈ ਜੀ ਕੇ ਪੋਰਸ਼ਨ ਦੇ ਵਿੱਚੋਂ ਅਗਲਾ ਵਾਰ ਜੀ ਤੁਹਾਡੇ ਕੋਲੇ ਲੌਜੀਕਲ ਰੀਜ਼ਨਿੰਗ ਜਾਨੀ ਕਿ ਮੈਥ ਐਂਡ ਰੀਜ਼ਨਿੰਗ ਤੁਹਾਨੂੰ 25 ਨੰਬਰ ਦਾ ਆਉਣਾ ਜਿਸ ਦੇ ਵਿੱਚ ਰੀਜ਼ਨਿੰਗ ਦੇ ਵਿੱਚ ਆ ਕੋਡਿੰਗ ਐਂਡ ਡੀਕੋਡਿੰਗ ਐਨਾਲੋਜੀ ਕਲਾਸੀਫਿਕੇਸ਼ਨਸ ਸੀਰੀਜ਼ ਡਾਇਰੈਕਸ਼ਨਸ ਐਂਡ ਟੈਸਟ ਰਿਲੇਸ਼ਨ ਮੈਥਮੈਟਿਕਲ ਆਪਰੇਸ਼ਨਸ ਟਾਈਮ ਐਂਡ ਟੈਸਟ ਠੀਕ ਹੈ ਉਹ ਆਡ ਮੈਨ ਆਊਟ ਪ੍ਰੋਬਲਮਸ ਉਸ ਤੋਂ ਬਾਅਦ ਤੁਹਾਡੇ ਕੋਲ ਆ ਗਏ ਮੈਥ ਦੇ ਮੈਥ ਦੇ ਟਾਪਿਕ ਆ ਗਏ ਜਿਸ ਦੇ ਵਿੱਚ ਉਹ ਬੇਸਿਕ ਨੰਮਰਿਕਲ ਸਕਿਲਸ ਆਗੇ ਪਰਸੈਂਟੇਜ ਆਗੇ ਨੰਬਰ ਸਿਸਟਮ ਆ ਗਿਆ ਐਲਸੀਐਮ ਐਂਡ ਐਚसीएफ ਆ ਗਿਆ ਮੈਥਸ ਐਂਡ ਰੀਜਨਿੰਗ ਦੇ ਆ ਕਲਾਸਸ ਆਲਰੇਡੀ ਬਣੀਆਂ ਪਈਆਂ ਨੇ ਠੀਕ ਹੈ ਤੁਸੀਂ ਕਿਸੇ ਵੀ ਤਰ੍ਹਾਂ ਦਾ ਇੰਤਜ਼ਾਰ ਨਹੀਂ ਕਰਨਾ ਉਹਨਾਂ ਨੂੰ ਨਾਲ ਦੀ ਨਾਲ ਅਟੈਂਪਟ ਕਰੋ ਤੇ ਬਾਕੀ ਮੈਂ ਵੀ ਤੁਹਾਨੂੰ ਨਾਲ ਦੀ ਨਾਲ ਦੁਬਾਰਾ ਤੋਂ ਰਿਵੀਜ਼ਨ ਕਰਵਾਵਾਂਗੀ ਰੇਸ਼ੋ ਐਂਡ ਪ੍ਰੋਪੋਰਸ਼ਨਲ ਨੰਬਰ ਸਿਸਟਮ ਐਵਰੇਜ ਆਸਤ ਪ੍ਰੋਬਲਮ ਬੇਸਡ ਔਨ 에ਜਸ ਠੀਕ ਹੈ ਪ੍ਰੋਫਿਟ ਐਂਡ ਲਾਸ ਜਾਨੀ ਕਿ ਲਾਭ ਤੇ ਹਾਨੀਆਂ ਪਾਰਟਨਰਸ਼ਿਪ ਐਂਡ ਮਿਕਸਚਰ सिंपल एंड कंपाउंड इंटरेस्ट यानी कि साधारण ब्याज ਅਤੇ ਚੱਕਰਵਿਰਦੀ ਵਿਆਜ ਸਮਾ ਅਤੇ ਕੰਮ ਠੀਕ ਹੈ ਟਾਈਮ ਐਂਡ ਡਿਸਟੈਂਸ ਜਾਨੀ ਕਿ ਸਮਾਂ ਅਤੇ ਦੂਰੀ ਮੈਂ ਅਮਨਸੂਰੇਸ਼ਨ ਐਂਡ ਡਾਟਾ ਇੰਟਰਪ੍ਰੀਟੇਸ਼ਨਸ ਠੀਕ ਹੈ ਫਿਰ ਇੰਗਲਿਸ਼ ਆ ਗਈ ਇੰਗਲਿਸ਼ ਦੇ ਵਿੱਚ ਬਹੁਤ ਹੀ ਬੇਸਿਕ ਜੀ ਗ੍ਰਾਮਰ ਆ ਜਾਨੀ ਕਿ ਸਬਜੈਕਟ ਐਂਡ ਵਰਬ ਐਡਜੈਕਟਿਵ ਐਡਵਰਬ ਸਿਨੋਨੀਮਸ ਐਂਡਟੋਨੀਮਸ ਵਨ ਵਰਡ ਸਬਸਟੀਟਿਊਸ਼ਨਸ ਫਿਲ ਇਨ ਬਲੈਂਕਸ ਆ ਜਾਣੀਆਂ ਕਰੈਕਸ਼ਨ ਸਪੈਲਿੰਗ ਕੋਰੈਕਟ ਕਰਨੀ ਸੈਂਟੈਂਸ ਕੋਰੈਕਟ ਕਰਨੀ ਈਡੀਅਮਸ ਪੁੱਛ ਸਕਦੇ ਆ ਐਂਡ मीनिंग ਆਫ ਸਪੈਲ ਚੈਕਸ ਮਤਲਬ ਕਿ ਸਪੈਲਿੰਗ ਕੋਰੈਕਟ ਕਰਕੇ ਲਿਖਣਾ ਤੇ ਐਡਜੈਕਟਿਵਸ ਆਰਟੀਕਲ ਪ੍ਰੈਪੋਜੀਸ਼ਨਸ ਡਾਇਰੈਕਟ ਐਂਡ ਇਨਡਾਇਰੈਕਟ ਸਪੀਚ ਐਕਟਿਵ ਐਂਡ ਪੈਸਿਵ ਵਾਇਸ ਕੋਰੈਕਸ਼ਨ ਇਨ ਸੈਂਟੈਂਸ ਠੀਕ ਹੈ ਇਹ ਬੇਸਿਕ ਜੀ ਗ੍ਰਾਮਰ ਜਿਹੜੀ ਕਿ 12 ਨੰਬਰ ਦੀ ਆਉਣੀ ਆ ਤੇ ਪੰਜਾਬੀ ਗ੍ਰਾਮਰ ਵੈਰੀ ਇੰਪੋਰਟੈਂਟ ਪੰਜਾਬੀ ਗ੍ਰਾਮਰ ਜਿਸ ਦੇ ਵਿੱਚ ਅਸੀਂ ਜੋ ਪੰਜਾਬੀ ਕਰ ਰਹੇ ਹਾਂ ਜੇਕਰ ਤੁਸੀਂ ਉਸ ਨੂੰ ਧਿਆਨ ਨਾਲ ਕਰ ਲੈਨੇ ਹੋ ਤਾਂ ਪੇਪਰ A ਤੇ ਵੀ ਦੋਨੋਂ ਦੀ ਪੰਜਾਬੀ ਆਸਾਨੀ ਨਾਲ ਅਟੈਂਪਟ ਹੋ ਜਾਣੀ ਆ ਤੁਹਾਡੀ ਤੇ ਪੰਜਾਬੀ ਪੇਪਰ B ਦੇ ਵਿੱਚ ਜੋ ਪੰਜਾਬੀ ਆਉਣੀਆਂ 13 ਨੰਬਰ ਦੀ ਆਉਣੀਆਂ ਸ਼ੁੱਧਤਾ ਅਸ਼ੁੱਧ ਸ਼ਬਦ ਜੋੜ ਅਗੇਤਰ ਪਿਸ਼ੇਤਰ ਸਮਾਨਾਰਥਕ ਵਿਰੋਧੀ ਸ਼ਬਦ ਠੀਕੇ ਨਾਮ ਪੜਨਾ ਕਿਰਿਆ ਦੀਆਂ ਕਿਸਮਾਂ ਤੇ ਸਹੀ ਵਰਤੋਂ ਲਿੰਗ ਅਤੇ ਵਚਨ ਪੰਜਾਬੀ ਅਖਾਂਤ ਤੇ ਮੁਹਾਵਰੇ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਅਤੇ ਬਹੁਤੇ ਸ਼ਬਦਾਂ ਦੇ ਤਾਂ ਇੱਕ ਸ਼ਬਦ 13 ਨੰਬਰ ਦਾ ਉਸ ਤੋਂ ਬਾਅਦ ਦੇਖੋ ਅਸੀਂ ਤੁਹਾਡੇ ਕੋਲ ਨਾ ਇਹਦੇ ਵਿੱਚੋਂ ਦੇਖੋ ਕਿੰਨਾ ਜ਼ਿਆਦਾ ਈਜ਼ੀ ਟੌਪਿਕ ਬਣ ਰਿਹਾ ਹੈ ਕਿ 30 ਨੰਬਰ ਤੁਹਾਡੇ ਫ੍ਰੀ ਦੇ ਆ 29 ਨੰਬਰ ਤੁਹਾਡੇ ਫ੍ਰੀ ਦੇ ਆ ਕਿਉਂ ਕਿ ਪੰਜਾਬ ਹਿਸਟਰੀ ਐਂਡ ਕਲਚਰ ਤੁਹਾਨੂੰ 16 ਨੰਬਰ ਦਾ ਆਣਾ ਤੇ ਪੰਜਾਬੀ ਗ੍ਰਾਮਰ ਤੁਹਾਨੂੰ 13 ਨੰਬਰ ਦੀ ਆਣੀ ਹੈ ਠੀਕ ਹੈ ਵੈਰੀ ਇੰਪੋਰਟੈਂਟ ਐਂਡ ਵੈਰੀ ਇੰਟਰਸਟਿੰਗ ਇਹੀ ਚੀਜ਼ ਹੈ ਕਿ ਜਿਸ ਦੇ ਵਿੱਚੋਂ ਸਾਨੂੰ ਜੋ ਆਪਣੇ ਵਾਲਾ ਅਟਰੈਕਟਿਵ ਕਰ ਰਹੀ ਹੈ ਕਿ ਹਾਂ ਸੀ ਇਹ ਪੇਪਰ ਦਈਏ ਠੀਕ ਹੈ ਮਤਲਬ ਕਿ ਬਹੁਤ ਫੇਮਸ ਜਵਾ ਜੇ ਆਪਾਂ ਗੱਲ ਕਰੀਏ ਜੀਕੇ ਪੋਰਸ਼ਨ ਦੀ ਜੀਕੇ ਦੇ ਵਿੱਚੋਂ ਦੇਖੋ ਸਾਨੂੰ ਨਹੀਂ ਪਤਾ ਕਿ ਐਮਸੀਕਿਊ ਕਿਸੇ ਵੀ ਤਰ੍ਹਾਂ ਕਿੰਨੇ ਕੁ ਡੁੰਗਾਈ ਚੋਂ ਪਾ ਦੇਣਾ ਤੇ ਉਹ ਸਾਨੂੰ ਐਗਜ਼ੈਕਟ ਯਾਦ ਵੀ ਨਹੀਂ ਰਹਿਣਾ ਪਰ ਮੈਥ ਰੀਜ਼ਨਿੰਗ ਜ਼ਿਆਦਾਤਰ ਸਟੂਡੈਂਟ ਛੱਡ ਦਿੰਦੇ ਆ ਤੇ ਮੈਂ ਇੱਥੇ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦੀ ਆ ਕਿ ਮੈਥ ਰੀਜ਼ਨਿੰਗ ਦੇ ਵਿੱਚੋਂ ਜੇਕਰ ਤੁਸੀਂ ਇੱਕ ਵਾਰ ਕਨਸੈਪਟ ਸਿੱਖ ਲੈਨੇ ਹੋ ਤਾਂ ਸਮਝੋ ਮਰਜ਼ੀ ਆ ਜੇ ਤੁਸੀਂ ਆਪ ਅਟੈਂਪਟ ਕਰੋਗੇ ਤੇ ਇਹ ਪੱਕਾ ਹੀ ਆ ਕਿ ਹਰੇਕ ਚੈਪਟਰ ਦੇ ਵਿੱਚੋਂ ਇੱਕ ਤਾਂ ਆਉਣਾ ਹੀ ਆਣਾ ਠੀਕ ਹੈ ਇੱਕ ਸਮ ਤਾਂ ਆਣਾ ਹੀ ਹੋਣਾ ਕਲਾਸੀਫਿਕੇਸ਼ਨ ਐਂਡ ਨੰਬਰ ਸੀਰੀਜ਼ ਜੋ ਹੁੰਦੀਆਂ ਵਾ ਠੀਕ ਹੈ ਕਲਾਸੀਫਿਕੇਸ਼ਨ ਐਂਡ ਸੀਰੀਜ਼ ਇਸ ਦੇ ਵਿੱਚੋਂ ਤੁਹਾਨੂੰ ਸਭ ਤੋਂ ਵੱਧ ਪੇਪਰ ਆਣਾ ਇਹਨਾਂ ਦੋਨਾਂ ਨੂੰ ਮਿਲਾ ਕੇ 8 ਨੰਬਰ ਦਾ ਪੇਪਰ ਆਣਾ ਕਲਾਸੀਫਿਕੇਸ਼ਨ ਐਂਡ ਸੀਰੀਜ਼ ਦੇ ਵਿੱਚੋਂ ਠੀਕੇ ਜੀ ਇਹਨਾਂ ਦੋਨਾਂ ਨੂੰ ਮਿਲਾ ਕੇ 8 ਨੰਬਰ ਦਾ ਪੇਪਰ ਆਉਣਾ ਕਲਾਸੀਫਿਕੇਸ਼ਨ ਐਂਡ ਸੀਰੀਜ਼ ਦੇ ਵਿੱਚੋਂ ਤੇ ਮਤਲਬ ਕੀ ਐ ਕਹਿਣ ਦਾ ਕਿ ਜੇਕਰ ਤੁਸੀਂ ਇੱਕ ਵਾਰ ਕਨਸੈਪਟ ਸਿੱਖ ਲੈਨੇ ਹੋ ਤਾਂ ਤੁਹਾਡੇ ਇਹ 25 ਨੰਬਰ ਪੱਕੇ ਹੋ ਸਕਦੇ ਆ ਪਰ ਜੀਕੇ ਨੂੰ ਤੁਸੀਂ ਜਿੰਨੀ ਮਰਜ਼ੀ ਡੁੰਗਾਈ ਤੋਂ ਪੜ੍ਹ ਲਓ ਫੇਰ ਵੀ ਅਸੀਂ ਕਦੇ ਫੁੱਲ ਮਾਰਕਸ ਨਹੀਂ ਲੈ ਸਕਦੇ ਜੀਕੇ ਦੇ ਵਿੱਚੋਂ ਠੀਕੇ ਜੀ ਪਰ ਮੈਥ ਤੇ ਰੀਜ਼ਨਿੰਗ ਇਦਾਂ ਦੇ ਸਬਜੈਕਟ ਆ ਜਿਨ੍ਹਾਂ ਨੂੰ ਤੁਸੀਂ ਭੁੱਲ ਕੇ ਵੀ ਨਾ ਛੱਡਿਓ ਮਤਲਬ ਇਹ ਕੋਈ ਛੱਡਣ ਵਾਲਾ ਟੌਪਿਕ ਨਹੀਂਗਾ 25 ਨੰਬਰ ਅਸੀਂ ਕਦੇ ਵੀ ਨਹੀਂ ਛੱਡ ਸਕਦੇ ਤੇ ਮੈਂ ਥ੍ਰੀਜ਼ਨਿੰਗ ਦੇ ਵਿੱਚੋਂ ਹੀ ਜੇ ਤੁਸੀਂ ਮੈਥ ਰੀਜ਼ਨਿੰਗ ਛੱਡ ਰਹੇ ਹੋ ਤਾਂ ਇਹ ਹੀ ਤੁਸੀਂ ਸਭ ਤੋਂ ਵੱਡੀ ਗਲਤੀ ਕਰ ਰਹੇ ਹੋ ਕਿ ਸਾਡਾ ਪੇਪਰ ਕ੍ਰੈਕ ਨਹੀਂ ਹੋ ਰਿਹਾਗਾ ਠੀਕ ਹੈ ਤਾਂ ਮੈਥ ਰੀਜ਼ਨਿੰਗ ਦਾ ਇੱਕ ਕਨਸੈਪਟ ਆ ਇੱਕ ਵਾਰ ਸਿੱਖੋਗੇ ਨਾਲ ਹੀ ਤੁਸੀਂ ਆਨਸਰ ਆ ਜਿਹੜੇ ਕੱਢੋਗੇ ਵੀ ਆਉਣਾ ਵੀ ਹੈ ਹੀ ਆ ਇੱਕ ਇੱਕ ਸਮ ਤਾਂ ਪੱਕਾ ਹੀ ਹੈ ਕਿ ਇੱਕ ਚੈਪਟਰ ਚੋਂ ਆਵੇਗਾ ਠੀਕ ਹੈ ਜਿਹੜੀ ਪੰਜਾਬ ਹਿਸਟਰੀ ਐਂਡ ਕਲਚਰ ਤੇ ਇਹਦੇ ਟਾਪਿਕ ਦੇਖੋ ਅੱਗੇ ਕਿਹੜੇ ਆ ਫਿਜ਼ੀਕਲ ਫੀਚਰਸ ਆਫ ਪੰਜਾਬ ਐਂਡ ਇਟ ਇਜ਼ ਹਿਸਟਰੀ ਠੀਕ ਹੈ ਹਿਸਟਰੀ ਆਉਣੀ ਆ ਤੁਹਾਨੂੰ ਤੇ ਉਸ ਤੋਂ ਬਾਅਦ ਸੋਸ਼ੀਅਲਸ ਤੇ ਫਿਰ ਇਕਨੋਮਿਕਸ ਇਨ ਪੰਜਾਬ ਪੰਜਾਬ ਦੀ ਆਰਥਿਕ ਸਿਚੁਏਸ਼ਨ ਆਉਣੀ ਆ ਡਿਵੈਲਪਮੈਂਟ ਆਫ ਲੈਂਗੁਏਜ ਲੈਂਗੁਏਜ ਬਾਰੇ ਆ ਸਕਦਾ ਲਿਟਰੇਚਰ ਬਾਰੇ ਆ ਸਕਦਾ ਆਰਟ ਇਨ ਪੰਜਾਬ ਠੀਕ ਹੈ ਫਿਰ ਇਸ ਦੇ ਆਪਾਂ ਪੰਜਾਬ ਦੇ ਹੀ ਤੁਹਾਨੂੰ ਸੱਭਿਆਚਾਰ ਨਾਲ ਰਿਲੇਟਡ ਆ ਸਕਦਾ ਇਹ ਪੰਜਾਬ ਦੇ ਅੰਦੋਲਨਾਂ ਦੇ ਨਾਲ ਆ ਸਕਦਾ ਮੁਗਲਾਂ ਦੇ ਨਾਲ ਆ ਸਕਦਾ ਭਗਤੀ ਮੂਵਮੈਂਟ ਸੂਫੀ ਸੰਸਾ ਸਕਦੇ ਆ ਹਿਸਟਰੀ ਆਫ ਸਿੱਖ ਗੁਰੂਜ਼ ਐਂਡ ਸੰਤ ਦੇਖੋ ਹਿਸਟਰੀ ਆਫ ਸਿੱਖ ਗੁਰੂਜ਼ ਪੇਪਰ ਇਹ ਦੇ ਲਈ ਵੀ ਇੰਪੋਰਟੈਂਟ ਆ ਤੇ ਪੇਪਰ B ਦੇ ਲਈ ਵੀ ਆਦ ਗ੍ਰੰਥ ਸਿੱਖ ਰੂਲ ਅਹ ਠੀਕ ਹੈ ਤੇ ਫਰੀडम मूवमेंटਸ ਆਫ ਪੰਜਾਬ ਟੋਟਲ 100 ਨੰਬਰ ਦਾ ਤੁਹਾਡਾ ਪੇਪਰ ਆ ਜੇਕਰ ਤੁਸੀਂ ਮੈਥ ਤੇ ਰੀਜਨਿੰਗ ਨੂੰ ਨਹੀਂ ਛੱਡਦੇ ਠੀਕ ਹੈ ਪੰਜਾਬ ਹਿਸਟਰੀ ਤੁਹਾਨੂੰ ਆਉਂਦੀ ਆ ਤੇ ਇਸ ਤੋਂ ਇਲਾਵਾ ਤੁਹਾਨੂੰ ਆਪਾਂ ਗੱਲ ਕਰੀਏ ਕੀ ਪੰਜਾਬੀ ਆਉਂਦੀ ਆ ਤਾਂ ਬਸ ਇੰਨਾ ਕਾ ਕਿ ਸਾਡੇ ਤੋਂ ਰਹਿ ਨਹੀਂ ਹੁੰਦਾ ਜਦੋਂ ਟੀਚਰਸ ਉਥੇ ਕਰਨ ਲੱਗ ਜਾਂਦੇ ਆ ਕਿ ਓਨਲੀ 3 ਮਿੰਟ ਆਰ ਲੈਫਟ ਓਨਲੀ 10 ਮਿੰਟ ਆਰ ਲੈਫਟ ਤਾਂ ਤੁਸੀਂ ਕੀ ਆ ਕਿ ਜਲਦੀ ਦੇ ਵਿੱਚ ਜੋ MCQ ਛੱਡੇ ਹੁੰਦੇ ਆ ਉਹਨਾਂ ਨੂੰ ਫਿਲ ਕਰ ਦਿੰਨੇ ਹੋ ਤਾਂ ਤੁਹਾਡੇ ਜੋ 네ਗੇਟਿਵ ਮਾਰਕਿੰਗ ਆ ਉਹ ਕੱਟ ਹੋ ਜਾਂਦੇ ਆ ਤੇ ਨੰਬਰ ਤੁਹਾਡੇ ਕੱਟੇ ਜਾਂਦੇ ਆ ਤਾਂ ਇਹ ਗਲਤੀ ਕਦੇ ਵੀ ਨਾ ਕਰਿਆ ਕਰੋ ਠੀਕ ਹੈ ਜੋ ਤੁਹਾਨੂੰ ਆਉਂਦਾ ਆਪਣੀ ਇਮਾਨਦਾਰੀ ਨਾਲ ਉਸ ਨੂੰ ਅਟੈਂਪਟ ਕਰੋ ਜੋ ਤੁਸੀਂ 1 ਸਾਲ ਦੇ ਵਿੱਚ ਜਾਂ ਜਿੰਨੇ ਟਾਈਮ ਤੋਂ ਤਿਆਰੀ ਕਰ ਰਹੇ ਹੋ ਮੰਨ ਲਓ ਤੁਸੀਂ 3 ਮਹੀਨਿਆਂ ਤੋਂ ਤਿਆਰੀ ਕਰ ਰਹੇ ਹੋ ਤਾਂ ਉਸ ਦਾ ਜੋ ਨਿਚੋੜ ਆ ਉਹ ਤੁਸੀਂ 2 ਘੰਟੇ ਦੇ ਵਿੱਚ ਕੱਢਣਾ ਹੁੰਦਾ ਤੇ ਉਹਨੂੰ ਜ਼ਰੂਰ 2 ਘੰਟੇ ਦੇ ਵਿੱਚ ਫਰੈਸ਼ ਮਾਈਂਡ ਦੇ ਨਾਲ ਬੈਠਿਆ ਕਰੋ ਉੱਥੇ ਠੀਕ ਹੈ ਤਾਂ ਹਾਂਜੀ ਅੱਜ ਦੇ ਲਈ ਬਸ ਇੰਨਾ ਹੀ ਕਰਦੇ ਹਾਂ ਅਸੀਂ ਕੱਲ ਤੋਂ ਤਿਆਰੀ ਸ਼ੁਰੂ ਤੇ ਕਲਾਸਾਂ ਤੁਸੀਂ ਲਗਾਉਂਦੇ ਰਹੋ ਜੋ ਪੰਜਾਬੀ ਦੀਆਂ ਕਲਾਸਿਸ ਨੇ ਉਹਨਾਂ ਨੂੰ ਜ਼ਰੂਰ ਅਟੈਂਪਟ ਕਰਦੇ ਰਹਿਣਾ ਹਾਂਜੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆਪਾਂ ਪੂਰੀ ਆਪਣੀ ਵਲ ਲਗਾਵਾਂਗੇ ਕਿ ਤੁਹਾਡਾ ਪੇਪਰ ਕ੍ਰੈਕ ਹੋਵੇ ਤੁਹਾਡੇ ਲਈ ਮੈਂ ਇੰਪੋਰਟੈਂਟ ਚੀਜ਼ਾਂ ਇੰਪੋਰਟੈਂਟ ਫੈਕਟ ਲੈ ਕੇ ਆਵਾਂ ਠੀਕ ਹੈ ਜੀ ਤਾਂ ਕੋਈ ਵੀ ਕਲਾਸ ਅਨ ਇੰਪੋਰਟੈਂਟ ਨਹੀਂ ਹੁੰਦੀ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਲਈ ਇੰਪੋਰਟੈਂਟ ਹੁੰਦੀ ਹੈ ਮੈਂ ਤੁਹਾਨੂੰ ਅੱਗੇ ਵੀ ਬਹੁਤ ਵਾਰ ਦੱਸਿਆ ਕਿ ਜੇਕਰ ਤੁਸੀਂ ਇੱਕ ਵਾਰ ਮੇਰੇ ਚੈਨਲ ਤੋਂ ਤਿਆਰੀ ਕਰ ਲੈਂਦੇ ਹੋ ਤਾਂ ਤੁਹਾਨੂੰ ਆਪਣੀਆਂ ਪਤਾ ਚੱਲੇਗਾ ਕਿ ਅੱਗੇ ਜਾ ਕੇ ਤੁਸੀਂ ਕੋਈ ਵੀ ਪੇਪਰ ਦੇ ਸਕਦੇ ਹੋ ਕਿਉਂਕਿ ਮੈਂ ਲੋਅ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ ਦੀ ਤਿਆਰੀ ਕਰਵਾਉਣੀ ਆਂ ਠੀਕ ਹੈ ਜੀ ਤਾਂ ਧੰਨਵਾਦ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜੇ ਵੀ ਸਟੂਡੈਂਟਸ ਨੇ ਫਾਇਰਮੈਨ ਦਾ ਪੇਪਰ ਭਰਿਆ ਵਾ ਉਹ ਆਪਣਾ ਪੜ੍ਹ ਕੇ ਪੇਪਰ ਦੇ ਸਕਣ ਥੈਂਕਸ ਫॉर ਵਾਚਿੰਗ